ਅਸਲਾਮ ਅਲੈਕੁਮ ਜੀ, ਆਪ ਦੇਖ ਰਹੇ ਹਾਂ ਸ਼ਾਹੀਨ ਬਾਇਓਗੈਸ ਯੂਟਿਊਬ ਚੈਨਲ। ਅਸੀਂ ਅੱਡਾ ਗੈਂਬਰ ਨਜ਼ਦ ਚੌਟ 4R ਅਤੇ ਬਾਇਓਗੈਸ ਪਲਾਂਟ ਦੀ ਤਾਮੀਰ ਮੁਕੰਮਲ ਕਰ ਲਈ ਸੀ। ਇਹਦੇ 'ਤੇ ਅਸੀਂ ਗੈਸ ਪਿਓਰੀਫਾਈ ਕਰਨ ਵਾਸਤੇ ਫਿਲਟਰ ਵਗੈਰਾ ਲਗਾਏ ਨੇ। ਉਸ ਬਾਅਦ ਸਟੋਰੇਜ ਟੈਂਕ ਦੇਖ ਸਕਦੇ ਜੇ, ਮਾਸ਼ਾਅੱਲਾ ਇਹ ਵੀ ਅਸੀਂ ਵਾਇਰਿੰਗ ਕਰਕੇ ਕੰਪਲੀਟ ਕਰ ਦਿੱਤੇ ਨੇ ਹੈਗੇ। ਕੰਪਰੈਸ਼ਰ ਲਗਾਇਆ ਤਾਂ ਕਿ ਬਾਇਓਗੈਸ ਸਟੋਰ ਕੀਤੀ ਜਾਏ ਇਸ ਟੈਂਕ ਦੇ ਵਿੱਚ, ਤਾਂ ਕਿ ਗੈਸ ਇਹਦੇ 'ਚ ਸਟੋਰ ਕੀਤੀ ਜਾਏ। ਸਟੋਰ ਕਰਕੇ ਅੱਗੇ ਇਲੈਕਟ੍ਰਿਕਸਿਟੀ ਜਨਰੇਟਰ ਚਲਾਇਆ ਜਾਏ। ਦੇਖ ਸਕਦੇ ਜੇ ਮਾਸ਼ਾਅੱਲਾ ਜੀ, ਪ੍ਰੋਜੈਕਟ ਮੁਕੰਮਲ ਹੋ ਗਿਆ ਜੀ। ਅੱਗੇ ਅਸੀਂ ਰੈਗੂਲੇਟਰ ਲਗਾਇਆ ਤਾਂ ਕਿ ਜਿੰਨਾ ਸਾਨੂੰ ਪ੍ਰੈਸ਼ਰ ਚਾਹੀਦਾ ਉਨਾ ਹੀ ਅਸੀਂ ਇੱਥੋਂ ਪ੍ਰੈਸ਼ਰ ਅੱਗੇ ਦੇ ਸਕਦੇ ਹਾਂ। ਡੇਅਰੀ ਫਾਰਮ ਹੈ, ਮੇਰਾ ਚੈਨਲ ਸ਼ਾਹੀਨ ਬਾਇਓਗੈਸ ਯੂਟਿਊਬ ਚੈਨਲ। ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਜ਼ਿਆਦਾ ਪਾਉਣ ਦੀ ਘੰਟੀ ਨੂੰ ਦਬਾਓ ਤਾਂ ਕਿ ਤੁਹਾਨੂੰ ਇਸੇ ਤਰ੍ਹਾਂ ਅਸੀਂ ਨਵੀਂ ਨਵੀਂ ਵੀਡੀਓ ਦਿਖਾਉਂਦੇ ਰਹੀਏ। ਖੁਦਾ ਹਾਫਿਜ਼।